ਸਤਿ ਸ਼੍ਰੀ ਅਕਾਲ। ਜਸ ਕੈਮਰੇ ਦੀ ਨਜ਼ਰ ਇਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਦਰਸ਼ਕਾਂ ਦਾ ਸਵਾਗਤ ਹੈ। ਮੇਰਾ ਨਾਮ ਹੈ ਨਵੀਨ ਸ਼ਰਮਾ। ਆਓ ਤਾਂ ਹੁਣ ਵੇਖਦੇ ਹਾਂ ਉਹਨਾਂ ਪ੍ਰੋਗਰਾਮਾਂ ਦੀ ਕੁਛ ਝਲਕੀਆਂ ਜਿਹੜੇ ਕੁਛ ਸਮਾਂ ਪਹਿਲਾਂ ਹੋਏ ਔਰ ਜਸ ਕੈਮਰੇ ਦੀ ਨਜ਼ਰ ਵਿੱਚ ਰਿਕਾਰਡ ਹੋਏ। ਅਤੇ ਅੱਜ ਦੇ ਸਫ਼ਰ ਦੀ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜਰਸੀ ਸਿਟੀ ਤੋਂ, ਜਿੱਥੇ ਨਾਨਕ ਨਾਮ ਜਹਾਜ਼ ਗੁਰਦੁਆਰੇ ਦੇ ਵਿੱਚ ਕੀਰਤਨ ਦਰਬਾਰ ਸਜਾਏ ਗਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਥਾਪਨਾ ਦਿਵਸ ਅਤੇ ਗੁਰਦੁਆਰੇ ਦੀ ਵੀ ਸਥਾਪਨਾ ਦਿਵਸ ਦੇ ਕਾਰਜਕ੍ਰਮ 'ਤੇ ਇਹ ਸਾਰੇ ਕੀਰਤਨ ਦਰਬਾਰ ਸਜਾਏ ਗਏ ਸੀ, ਜਿੱਥੇ ਸੈਂਕੜਾਂ ਦੀ ਤਾਦਾਦ 'ਚ ਸੰਗਤਾਂ ਸ਼ਾਮਿਲ ਹੋਈਆਂ। ਨਾਨਕ ਨਾਮ ਜਹਾਜ਼ ਗੁਰਦੁਆਰਾ ਸਾਹਿਬ ਵਿਖੇ ਅੱਜ ਅਸੀਂ ਪਹੁੰਚੇ ਹਾਂ, ਜਿੱਥੇ ਕਿ ਕੀਰਤਨ ਦੀਵਾਨ ਸਜ ਰਹੇ ਹਨ। ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹਰ ਸਾਲ ਆਪਣੇ ਵੱਲੋਂ ਪੂਰੀ ਮਿਹਨਤ ਕਰਦੇ ਹਨ ਗੁਰਦੁਆਰਾ ਸਾਹਿਬ ਨੂੰ ਸਜਾਉਣ ਦੀ। ਸੰਗਤਾਂ ਦੇ ਵੱਧਦੇ ਇਕੱਠ ਨੂੰ ਦੇਖਦੇ ਹੋਏ, ਜਿੱਥੇ ਕਿ ਪਹਿਲਾਂ ਪਾਰਕਿੰਗ ਲਾਟ ਬਹੁਤ ਛੋਟਾ ਸੀਗਾ, ਹੁਣ ਉਸਦੇ ਨਾਲ ਹੀ ਅੰਦਰ ਵੜਨ ਤੋਂ ਪਹਿਲਾਂ ਹੀ ਇੱਕ ਹੋਰ ਬਹੁਤ ਵੱਡਾ ਪਾਰਕਿੰਗ ਲਾਟ ਦੀ ਵਿਵਸਥਾ ਕੀਤੀ ਗਈ ਹੈ, ਜਿੱਥੇ ਕਿ ਸੰਗਤਾਂ ਪਰਿਵਾਰ ਸਹਿਤ ਆਉਂਦੀਆਂ ਹਨ ਅਤੇ ਆ ਕੇ ਆਪਣੀਆਂ ਕਾਰਾਂ ਪਾਰਕ ਕਰਕੇ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੀਆਂ ਹਨ। ਸੇਵਾ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਸਾਰੇ ਸੇਵਾਦਾਰ। ਕਿਸ ਤਰੀਕੇ ਨਾਲ ਖੂਬਸੂਰਤ ਦੁਪੱਟੇ ਰੰਗਦਾਰ ਸਜਾ ਕੇ ਜਿੱਥੇ ਹੀ ਸੰਗਤਾਂ ਅੰਦਰ ਆਉਂਦੀਆਂ ਹਨ ਉਹਨਾਂ ਦਾ ਮਨ ਖੁਸ਼ ਹੋ ਜਾਂਦਾ ਹੈ। ਸੁਖ ਭਇਆ ਦੁੱਖ ਦੂਰ ਪਰਾਨਾ, ਸੁਖ ਭਇਆ ਦੁੱਖ ਦੂਰ ਪਰਾਨਾ, ਸੰਤ ਰਸਨ ਹਰ ਨਾਮ ਖਾਨਾ, ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ। ਵਾਹਿਗੁਰੂ 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 ਧੰਨ ਵਾਹਿਗੁਰੂ। ਜਲ ਥਲ ਨੀਰ ਭਰ ਸਰ ਸੋਭਰ, ਜਲ ਥਲ ਨੀਰ ਭਰ ਸਰ ਸੋਭਰ, ਜਲ ਥਲ ਨੀਰ ਭਰ ਸਰ ਸੋਭਰ, ਬਿਰਥ ਹੋਏ ਨ ਜਾਏ
ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਸਿੱਖ ਸੰਗਤਾਂ ਨੇ ਉਸ ਵੇਲੇ ਬੇਨਤੀ ਕੀਤੀ ਜਿਸ ਵੇਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਤਿਆਰ ਹੋ ਗਿਆ। ਪੁੱਛਿਆ ਭਾਈ ਸਾਹਿਬ ਜੀ, ਸਤਿਗੁਰਾਂ ਦੀ ਜੋ ਬਾਣੀ ਹੈ ਇਹਦੀ ਮਹਾਨਤਾ ਦੇ ਸੰਬੰਧ ਵਿੱਚ ਸਾਨੂੰ ਕੁਝ ਬਚਨ ਸੁਣਾਓ, ਕਿਉਂਕਿ ਅਸੀਂ ਅਲਪ ਬੁੱਧੀ ਵਾਲੇ ਹਾਂ, ਅਸੀਂ ਸਤਿਗੁਰਾਂ ਦੀ ਬਾਣੀ ਦੀ ਮਹਾਨਤਾ ਨੂੰ ਨਹੀਂ ਸਮਝ ਸਕਦੇ। ਭਾਈ ਸਾਹਿਬ ਕਹਿਣ ਲੱਗੇ, ਇਹ ਗੁਰਸਿੱਖੋ, ਗੁਰਬਾਣੀ ਉਹ ਸਮੁੰਦਰ ਹੈ ਜਿਹਦੇ ਵਿੱਚੋਂ ਜੋ ਵੀ ਤੁਸੀਂ ਚਾਹੋ ਤੁਸੀਂ ਪਾ ਸਕਦੇ। ਇੰਡੀਅਨ ਓਵਰਸੀਜ਼ ਕਾਂਗਰਸ ਦੇ ਜਿਹੜੇ ਨੇਤਾ ਸੀ ਔਰ ਕਾਰਕੁਨ ਸੀਗੇ, ਇਹ ਨਿਊਯਾਰਕ ਦੇ ਰਿਚ ਪੈਲਸ ਵਿੱਚ ਇਕੱਠੇ ਹੋਏ ਅਤੇ ਇਹਨਾਂ ਨੇ ਕੀ ਕੀਤਾ, ਜੋ ਰਫਾਲ ਏਅਰਕ੍ਰਾਫਟ ਖਰੀਦਣ 'ਤੇ ਭਾਰਤ ਸਰਕਾਰ ਦੇ ਉੱਤੇ ਜੋ ਇਲਜ਼ਾਮ ਲਗਾ ਰਹੇ ਨੇ ਸਕੈਮ ਦੇ, ਕਰਪਸ਼ਨ ਦੇ, ਉਸ ਦੇ ਖਿਲਾਫ ਇਹਨਾਂ ਨੇ ਰੋਸ ਮੁਜ਼ਾਹਰੇ ਕੀਤੇ। ਇਹਨਾਂ ਨੇ ਹੱਥਾਂ ਵਿੱਚ ਤਖਤੀਆਂ ਲਈਆਂ ਹੋਈਆਂ ਸੀ ਔਰ ਮੋਦੀ ਸਰਕਾਰ ਦੇ ਬਾਰੇ ਲਿਖਿਆ ਹੋਇਆ ਸੀਗਾ। ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਦੀ ਇੱਕ ਝਲਕ। ਮੋਦੀ ਹਟਾਓ, ਦੇਸ਼ ਬਚਾਓ, ਦੇਸ਼ ਬਚਾਓ, ਮੋਦੀ ਹਟਾਓ।
आप सर आज जो ये प्रदर्शन कर रहे हैं, ये क्या इंडियन ओवरसीज कांग्रेस का क्या प्रयास है? व्हाट यू वांट टू से ऑन दैट? गुड इवनिंग, सत श्री अकाल, मैं दर्शन गिल जी हाँ। अज सारे इतने रिची रिच 111 स्टेट अटेंड के अपने इकत्र होए हैं। अज का जो मेन मुद्दा है, अज असी जो इंडिया गवर्नमेंट ने घोटाला किया है, रैफल घोटाला जो 11 करोड़ का घोटाला आया, उसके वास्ते रोस प्रदर्शन कर रहे हैं। ਜਿਹਦੇ 'ਚ ਮੋਦੀ ਦਾ ਖੁੱਲ੍ਹ ਕੇ ਨਾਂ ਆਇਆ ਅਤੇ ਅਸੀਂ ਮੰਗ ਕਰਦੇ ਹਾਂ ਇੰਡੀਅਨ ਓਵਰਸੀਜ਼ ਕਾਂਗਰਸ USA ਨੂੰ ਕਿ ਉਹਨਾਂ ਨੂੰ ਰਿਜ਼ਾਈਨ ਦੇ ਕੇ ਆਪਣੇ ਤਬਜੀਜ਼ ਕਰਾਉਣੀ ਚਾਹੀਦੀ ਹੈ। ਔਰ ਜਿਹੜੇ ਬਾਕੀ ਜਿਹੜੇ ਉਹਦੇ ਮਿੱਤਰ ਕਰੋੜਾਂ ਰੁਪਏ ਲੈ ਕੇ ਭੱਜੇ ਨੇ, ਉਹਨਾਂ ਬਾਰੇ ਵੀ ਅਸੀਂ ਸਾਰੇ ਵਿਸਤਾਰ ਨਾਲ ਥੱਲੇ ਜਾ ਕੇ ਮੁਜ਼ਾਹਰਾ ਕਰਾਂਗੇ ਔਰ ਸਾਰੇ ਵਿਸਤਾਰ ਪੂਰਵਕ ਅਸੀਂ ਦੱਸਾਂਗੇ ਕਿ ਇਹਨਾਂ ਨੇ ਪਿਛਲੇ 4 ਸਾਲਾਂ 'ਚ ਸਾਡੇ ਹਿੰਦੁਸਤਾਨ ਨੂੰ ਕਿੰਨਾ ਲੁੱਟਿਆ ਔਰ ਅੱਗੋਂ ਇਹਨਾਂ ਦੇ ਕੀ ਪਲੈਨ ਨੇ। ਅਸੀਂ ਇਹਨਾਂ ਨੂੰ ਨੰਗਿਆ ਕਰਾਂਗੇ, ਪੂਰੀ ਦੁਨੀਆ 'ਚ ਨੰਗਿਆ ਕਰਾਂਗੇ। ਰੈਫਲ ਡੀਲ ਦੇ ਉੱਤੇ ਰਾਹੁਲ ਗਾਂਧੀ ਵੀ ਬੜਾ ਜ਼ੋਰ ਸ਼ੋਰ ਨਾਲ ਬੋਲਦੇ ਪਏ ਨੇ। ਹਾਂਜੀ, ਇਹ ਦੇਖੋ ਜੀ, ਇਹ ਜਿਹੜਾ UPA ਸੈਕਿੰਡ ਵੇਲੇ 500 ਕਰੋੜ ਦਾ ਜਹਾਜ਼ ਸੀ, ਇਹਨਾਂ 1600 ਕਰੋੜ ਦਾ ਖਰੀਦਿਆ, ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਉਹ 1100 ਕਰੋੜ ਜਿਹੜਾ ਉਹ ਖਿੱਚੇ ਗਿਆ ਇੱਕ ਜਹਾਜ਼ 'ਚ, 32 ਜਹਾਜ਼ ਇਹਨਾਂ ਖਰੀਦੇ ਰਹੇ ਅਤੇ ਹਰ ਜਹਾਜ਼ ਪਿੱਛੇ 1100 ਕਰੋੜ ਦਾ ਇਹਨਾਂ ਕਬਲਾ ਕੀਤਾ। ਤਾਂ ਉਹ ਹਿਸਾਬ ਦੇਣਾ ਮੈਂ ਦੱਸਾਂ ਵੀ ਲੋਕਾਂ ਨੂੰ ਅਗਲੀ ਇਲੈਕਸ਼ਨ ਜਾਣ ਤੋਂ ਪਹਿਲਾਂ ਇਹਨਾਂ ਨੂੰ ਹਿਸਾਬ ਦੇਣਾ ਚਾਹੀਦਾ। ਅਤੇ ਮੇਰੇ ਖਿਆਲ 'ਚ ਇਹਨੂੰ ਪ੍ਰਾਈਮ ਮਿਨਿਸਟਰ ਤੁਹਾਡੇ ਦੇ ਸਰਕਾਰ ਜੋ ਮੋਦੀ ਜੀ ਨੂੰ ਰਿਜ਼ਾਈਨ ਕਰਨਾ ਚਾਹੀਦਾ ਅਤੇ ਜਿਹੜੇ ਕੋਰਟ 'ਚ ਕੋਰਟ ਦਾ ਸਾਹਮਣਾ ਕਰਨਾ ਚਾਹੀਦਾ। ਇਸ ਮੁਜ਼ਾਹਰੇ 'ਚ ਕੌਣ ਕੌਣ ਸ਼ਾਮਿਲ ਹੋ ਰਿਹਾ ਜੀ? ਇਹ 'ਚ ਸਾਰੀ ਸਾਡੀ ਇੰਡੀਅਨ ਕਾਂਗਰਸ USA ਟੀਮ ਸ਼ਾਮਿਲ ਹੋ ਰਹੀ ਹੈ ਅਤੇ ਸਾਡੇ ਅੱਜ ਇੱਥੇ ਮੇਨ ਗੈਸਟ ਆਏ ਨੇ, ਸਾਡੇ ਸ਼ਾਮਿਲ ਹੋ ਰਹੇ ਨੇ, ਉਹ ਗੁਜਰਾਤ ਤੋਂ ਨੇ, ਰਾਜ ਸਭਾ ਦੇ ਮੈਂਬਰ ਨੇ, ਡਾਕਟਰ ਜਾਮੀ ਮੈਂਬਰ ਆਫ ਪਾਰਲੀਮੈਂਟ ਨੇ ਰਾਜ ਸਭਾ 'ਚ, ਅਤੇ ਉਹ ਵੀ ਵਕੀਲ ਨੇ, ਗੁਜਰਾਤ 'ਚ ਨੰਬਰ 1 ਅਤੇ ਹਿੰਦੁਸਤਾਨ 'ਚ ਨੰਬਰ 1 ਹੈ, ਉਹ ਸਪੈਸ਼ਲੀ ਇਸ ਸਾਡੇ ਫੰਕਸ਼ਨ 'ਤੇ ਆਏ ਨੇ ਔਰ ਸਾਰੀ ਟੀਮ ਜਿਹੜੀ ਨੈਸ਼ਨਲ ਟੀਮ ਅੱਜ ਹਾਜ਼ਰ ਹੋਈ ਹੈ, ਦੂਜੀਆਂ ਸਟੇਟਾਂ ਨੂੰ, ਸਾਰੇ ਜਿਹੜੇ ਹਿੰਦੁਸਤਾਨ ਅਮਰੀਕਾ ਦੀਆਂ ਸਾਰੀਆਂ ਸਟੇਟਾਂ ਨੂੰ ਹਾਜ਼ਰ ਹੋਏ ਨੇ।